हाँ जी, स्वागत है थोड़ा ट्रैक्टर एंड जीप इनफॉर्मेशन चैनल ते। ते अज थोनू दसांगे बहुत ही वधिया चीज़ बारे, मतलब कि जेड़े वीर ने नवा यूट्यूब चैनल चलाया उहदे वास्ते माइक दसांगे भी किहड़ा बेस्ट आ, है ना। इहदे विच ये देख सकते हो माइक आया अपना 700 रुपये का मिले आपां नूं, इह K9 आ जी, है ये चाइना मेड प्रोडक्ट आ, पर यह बहुत वधिया चीज़ आ, प्लग एंड प्ले आ, इहनूं फोन दे विच लाओ ते दो इहदे नाल माइक मिलणगे, एक रेंजर मिलूगा जिहड़ा आपां फोन दे नाल अटैच हुंदा अपना। आह हैगी इहदी डाटा केबल, देख सकते हो तुसीं छोटी जी डाटा केबल आ, है ना। इहदा अडाप्टर आपां कोई भी फोन वाला ला सकते हैं, जिहड़ा अपने आम फोन वाला अडाप्टर हुंदा, कोई भी फोन ते इहनूं अंडरॉयड ते भी चला सकते हैं, इहनूं आपां आईफोन ते भी चला सकते हैं, है ना। कोई भी फोन होवे, फोन का कोई चक्कर नहीं हैगा, कीपैड फोन ना हो, बस दूसरा अपना कोई भी कैमरे वाला फोन हो, आईफोन हो, कोई एंड्रॉयड फोन हो, वधिया चलता। तो मतलब कि ये तीन होंगे ने, दो एक ए माइक हो गया, ए माइक हो गया, चार्ज होंगे ने जी माइक ये, तो एक जो रेंजर होंगे वो फोन पर लगता, वो थोनू दिखा देंगे असं की होंगे। ये अपन 700 का अपन पिया ये, है ना। तो आ बाकी यदि बुकलेट आ देख सकते हो तुम, ਅਤੇ ਲਿਖਿਆ ਹੁੰਦਾ ਬਾਕੀ ਪਲੱਗ ਐਂਡ ਪਲੇ ਆ, ਕੋਈ ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਆ ਇਹਦਾ ਡੱਬਾ ਆ ਗਿਆ, ਹੈ ਨਾ, ਇਹਦੇ ਵਿੱਚ ਡਾਟਾ ਕੇਬਲ ਹੈ ਇਹਦੀ। ਸੋ ਦੱਸਿਓ ਤੁਹਾਨੂੰ ਜੇ ਕੋਈ ਕੋਈ ਵੀਰ ਇਹਨੂੰ ਵਰਤ ਰਿਹਾ, ਅਸੀਂ ਵੀ ਅੱਜ ਲੈ ਕੇ ਆਏਗੇ ਇਹਨੂੰ, ਹੈ ਨਾ। ਅਤੇ ਦੱਸਿਓ ਸਾਨੂੰ ਪਲੀਜ਼ ਕਮੈਂਟਾਂ 'ਚ, ਨਾਲੇ ਆਵਾਜ਼ ਦੱਸਿਓ ਵੀ ਇਹਦੇ ਵਿੱਚ ਆਵਾਜ਼ ਜਿਹੜੀ ਰਿਕਾਰਡ ਹੋ ਰਹੀ ਆ ਵੀ ਸਹੀ ਹੋ ਰਹੀ ਆ। ਆਹ ਦੇਖੋ ਜੀ, ਆਹ ਇਹਦੇ 'ਚ ਆਹ ਲੱਗਦਾ ਆਹ ਆਈਫੋਨ ਨਾਲ ਅਟੈਚ ਹੁੰਦਾ, ਹੈ ਨਾ। ਇਹ ਕੱਢ ਕੇ ਵਿੱਚੋਂ ਆਪਾਂ ਦੂਜੇ ਐਂਡਰਾਇਡ ਫੋਨ ਨਾਲ ਚਲਾ ਸਕਦੇ ਹਾਂ, ਹੈ ਨਾ। ਆਹ ਦੋ ਮਾਈਕ ਹੋ ਗਏ, ਇੱਕ ਆ ਡਾਟਾ ਕੇਬਲ ਆ ਛੋਟੀ ਜੀ, ਹੈ ਨਾ। ਸੀ ਟਾਈਪ ਹੀ ਆ, ਆਪਾਂ ਕੋਈ ਵੀ ਲਾ ਸਕਦੇ ਹਾਂ, ਹੈ ਨਾ। ਅੱਗੇ ਨਾ ਕੋਈ ਇੰਪਰੂਵਮੈਂਟ ਦੀ ਲੋੜ ਹੈ ਜਾਂ ਕੋਈ ਹੋਰ ਸੈਟਿੰਗ ਦੀ ਲੋੜ ਹੋਵੇ, ਹੈ ਨਾ, ਸਾਨੂੰ ਪਲੀਜ਼ ਕਮੈਂਟਾਂ 'ਚ ਜ਼ਰੂਰ ਦੱਸਿਓ। ਅਤੇ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ, ਨਵੀਆਂ ਤੋਂ ਨਵੀਆਂ ਚੀਜ਼ਾਂ ਦਿਖਾਉਣੇ ਆ ਬਾਈ ਅਸੀਂ, ਹੈ ਨਾ। ਕੋਈ ਜਿਹੜਾ ਕੋਈ ਵੀ ਚੀਜ਼ ਨਹੀਂ ਦਿਖਾਉਂਦਾ, ਅਸੀਂ ਉਹ ਚੀਜ਼ ਦਿਖਾਉਣੇ ਆ ਤੁਹਾਨੂੰ। ਕੋਈ ਜੌਂਡੀਅਰ ਦੇ ਰਿਲੇਟਡ ਹੋ ਗਈ, ਕੋਈ ਹੋਲੈਂਡ ਦੇ ਰਿਲੇਟਡ ਹੋ ਗਈ, ਹੈ ਨਾ, ਕੋਈ ਜੀਪ ਦੇ ਰਿਲੇਟਡ ਹੋ ਗਈ, ਕੋਈ ਵੀ ਚੀਜ਼ ਅੱਗੇ ਤੋਂ ਤੁਹਾਨੂੰ ਖੇਤੀਬਾੜੀ ਦੇ ਰਿਲੇਟਡ ਵੀ, ਹੈ ਨਾ, ਆਪਾਂ ਵੀਡੀਓ 'ਚ ਦੱਸਿਆ ਕਰਾਂਗੇ ਵੀ ਖੇਤੀਬਾੜੀ 'ਚ ਕੀ ਹੁੰਦਾ ਕੀ ਨਹੀਂ, ਹੈ ਨਾ। ਸ਼ੇਅਰ ਜ਼ਰੂਰ ਕਰਿਓ, ਨਾਲੇ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ। ਓਕੇ ਜੀ, ਥੈਂਕ ਯੂ।